संयुक्त किसान मोर्चा, संयुक्त किसान मोर्चा, किसान मजदूर एकता। बीबीएमबी दे मामले ते सूबे भर दे विच संयुक्त किसान मोर्चे दे सद्दे ते किसानां दे वल्लों प्रदर्शन कीता गया, जिसदे चलदिआं फिरोजपुर विखे किसानां दे वल्लों डिप्टी कमिश्नर दे दफ्तर बाहर प्रदर्शन कर राष्ट्रपति दे नाम मंग पत्र दिता गया। इस दौरान रोस दे वजों किसानां दे वल्लों कहा गया कि बीबीएमबी दे मामले दे विच केंद्र सरकार पंजाब दे हक्कां ते डाका मार रही है, नाल ही खेती कानूनां तों इलावा किसानां दीआं जो होर अधूरियां मंगां सन उन्हां नूं केंद्र सरकार ने पूरा करन दा भरोसा दिता सी, जो कि अजे तक पूरियां नहीं होईयां। गुस्से दे विच आए किसानां दे वल्लों इसे दौरान केंद्र सरकार नूं सख्त चेतावनी भी दित्ती गई है। धरना असी मुलतवी करके आए हैं और साड़ियां मंगा जिवें लखीमपुर वाली मंग, साड़ी एम एस पी वाली मंग, किसानों के हुए परचे वाली मंग, ये मंगा तो सरकार ने साडे नाल कुछ वादा किया सी, पर हुण लगता भी सरकार उन्होंने सारिया मसलों तो पलट चुकी है। और जो दिल्ली तो आए उस तो बाद एक भी मंग मतलब कि नहीं लागू की, उस तो उल्टा की होया लखीमपुर वाली घटना के जोड़ा साडा गवाह सीगा उस दोषी मंत्री के विरुद्ध ओदे उत्ते हमला होया, वोटां वाले रिजल्ट दे नाल उहदा सिर पड़िया गया। सो किते ना किते गवां नूं धमकाया जा रहा वा, मंत्री दे मुंडे नूं बचाउण दी जिहड़ी आ कोशिश कीती जा रही आ, ते मोदी सरकार बिल्कुल टाला वट चुकी है, पासा वट चुकी है किसानां दी मंगां तों। सो साडी मजबूरी आ, क्योंकि जदों सरकार पासा वट गई, जिहड़ी गल्लां कीतीआं वादे कीते आ उह तों पलट गई आ, फिर संघर्ष तों बिना साडे कोल राह नहीं कोई। दूसरी गल, जिहड़ा साडा जिहड़ा भाखड़ा ब्यास, जिहड़ा भाखड़ा आ डैम आ, उहदे उत्तों जिहड़ी मैनेजमेंट बोर्ड दे विचों पंजाब ਤੇ ਹਰਿਆਣੇ ਦੀ ਜਿਹੜੀ ਨੁਮਾਇੰਦਗੀ ਆ ਉਹ ਸਮਾਪਤ ਕਰਕੇ ਸੈਂਟਰ ਸਰਕਾਰ ਨੇ ਆਪਦੇ ਹੱਥ ਵਿੱਚ ਲੈ ਲਈ ਆ। ਸੋ ਉਹਦੇ ਵਿਰੁੱਧ ਵੀ ਸਾਡਾ 25 ਤਰੀਕ ਨੂੰ ਸਾਡਾ ਚੰਡੀਗੜ੍ਹ ਦੇ ਵਿੱਚ ਰਾਜਪਾਲ ਨੂੰ ਮੰਗ ਪੱਤਰ ਦੇਣਾ ਵਾ। ਅੱਜ ਅਸੀਂ SDM ਤੇ DC ਰਾਹੀਂ ਪੰਜਾਬ ਦੇ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਸਾਡੀਆਂ ਪਹਿਲਾਂ ਵਾਲੀਆਂ ਮੰਗਾਂ ਪੈਂਡਿੰਗ ਪਈਆਂ ਉਹ ਪੂਰੀਆਂ ਕੀਤੀਆਂ ਜਾਣ। ਉਹਦੇ 'ਚ 4-5 ਮੰਗਾਂ ਰਹਿੰਦੀਆਂ ਨੇ, ਜਿਹੜਾ ਅਜੇ ਮਿਸ਼ਰਾ ਟਹਿਣੀ ਤੇ ਉਹਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲੀ, ਸ਼ਹੀਦਾਂ ਨੂੰ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਦਾ ਮੁਆਵਜ਼ਾ ਰਹਿੰਦਾ ਹੈ, ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਸੀ ਉਹ ਹਾਲੇ ਖੜੇ ਹੋਏ ਆ। ਔਰ ਨਾਲ ਜਿਹੜਾ MSP ਤੇ ਸਾਡੇ ਪੂਰੇ ਦੇਸ਼ ਦੀ ਮੰਗ ਹੈ ਕਿ ਜਿਹੜੀ MSP ਕਈ ਫਸਲਾਂ ਦੇ ਭਾਅ ਤੈਅ ਕੀਤਾ ਜਾਂਦਾ ਪਰ ਕਿਤੇ ਵੀ ਕਾਨੂੰਨ ਅਨੁਸਾਰ ਵਿਕਦੀ ਨਹੀਂ, ਉਹ ਵੱਡੀ ਮੰਗ ਹੈ ਸਾਡੇ ਕਿਸਾਨਾਂ ਦੀ। ਉਹਦੇ 'ਤੇ ਕਮੇਟੀ ਦਾ ਸਰਕਾਰ ਨੇ ਤੈਅ ਕੀਤਾ ਸੀ ਬਣਾਵਾਂਗੇ, ਹਾਲੇ ਤੱਕ ਬਣਾਈ ਨਹੀਂ। ਔਰ ਨਾਲ ਹੀ ਜਿਹੜਾ ਇਹ ਕਿ ਖੇਤੀ ਕਾਨੂੰਨਾਂ ਦੋ ਨਾਲ ਹੀ ਘਾਤਕ ਫੈਸਲਾ ਜਿਹੜਾ ਸਾਡੇ ਪੰਜਾਬ ਦੇ ਡੈਮਾਂ ਦਾ ਅਧਿਕਾਰ ਪੰਜਾਬ ਕੋਲ ਸੀ ਉਹ ਖੋਹ ਕੇ ਕੇਂਦਰ ਨੇ ਆਪਦੇ ਹੱਥ 'ਚ ਲੈ ਲਿਆ। ਉਹ ਬਿਜਲੀ ਸਾਨੂੰ ਸਸਤੀ ਮਿਲਦੀ ਸੀ, ਪਾਣੀ ਸਾਨੂੰ ਪੰਜਾਬ ਨੂੰ ਮਿਲਦਾ ਸੀ, ਉਹ ਹੁਣ ਕੇਂਦਰ ਵੇਖੇਗਾ ਦੇਣਾ ਕਿ ਨਹੀਂ ਦੇਣਾ। ਇਹ ਸਾਨੂੰ ਖਰਚਿਆ ਕਿ ਸਾਨੂੰ ਬੱਤੀ ਮਹਿੰਗੀ ਮਿਲੇਗੀ, ਪਾਣੀ 'ਤੇ ਵੀ ਟੈਕਸ ਲੱਗੇਗਾ। ਔਰ ਨਾਲ ਹੀ ਜਿਹੜਾ ਸਾਡਾ ਸਿੱਖ ਇਤਿਹਾਸ ਖਤਮ ਕੀਤਾ ਜਾ ਰਿਹਾ ਹੈ, ਉਹ ਨਵਾਂ ਇਤਿਹਾਸ ਸਾਡੇ ਗੁਰੂਆਂ ਨੂੰ ਜਿਹੜਾ ਲਟੇਰੇ ਜ਼ਾਲਮ ਜਾਵਰ ਜਿਹੜੇ ਕਿ ਔਰੰਗਜ਼ੇਬ ਵਰਗੇ ਜਾਂ ਉਦੋਂ ਸਮੇਂ ਦੀਆਂ ਸਰਕਾਰਾਂ ਜਾਵਰ ਸੀ, ਸਾਡੇ ਗੁਰੂਆਂ ਨੇ ਰਾਖੀ ਕੀਤੀ ਲੋਕਾਂ ਦੀ, ਆ ਉਲਟਾ ਉਹਨਾਂ ਨੂੰ ਨਾਇਕ ਬਣਾਇਆ ਜਾ ਰਿਹਾ। ਸਾਡੇ ਗੁਰੂਆਂ ਨੂੰ ਦਸ ਗੁਰੂ ਨੇ ਜਿਹੜੇ ਉਹਨਾਂ ਦਾ ਇਤਿਹਾਸ ਵਿਗਾੜ ਕੇ ਨਾਇਕ ਬਣਾਇਆ ਜਾ ਰਿਹਾ। ਉਹ ਇਹ ਆ ਕਿ ਉਹ ਰੋਕਿਆ ਜਾਵੇ, ਉਹਨੂੰ ਬਾਹਰ ਕੱਢਿਆ ਜਾਵੇ ਔਰ ਸਹੀ ਇਤਿਹਾਸ ਸਾਡਾ ਜਿਹੜਾ ਹੈਗਾ ਉਹ ਵੀ ਪੇਸ਼ ਕੀਤਾ ਜਾਵੇ। ਇਹ ਮੰਗਾਂ ਦੇ ਉੱਤੇ ਅੱਜ ਅਸੀਂ ਮੰਗ ਪੱਤਰ ਦੇ ਰਹੇ ਹਾਂ DC ਸਾਹਿਬ ਨੂੰ ਔਰ DC ਸਾਹਿਬ ਰਾਹੀਂ ਰਾਜਪਾਲ ਨੂੰ ਭੇਜ ਰਹੇ ਹਾਂ ਕਿ ਮੰਗਾਂ ਪੂਰੀਆਂ ਕੀਤੀਆਂ ਜਾਣ ਔਰ 25 ਮਾਰਚ ਨੂੰ ਧਰਨਾ ਜਿਹੜਾ ਅੱਗੇ ਦਿੱਲੀ ਦੇ ਚੰਡੀਗੜ੍ਹ ਦੇ ਵਿੱਚ ਹੈ ਵੱਡਾ।